ਆ ਜੀ 385 4x4 ਨਵਾਂ ਟਰੈਕਟਰ ਇਹਦੇ ਨਾਲ ਇਹਨਾਂ ਨੇ ਬਾਕਟ ਆਪਣਾ ਬਲੇਡ ਫਿੱਟ ਕੀਤਾ ਜੀ ਅਸਲਾਮ ਅਲੈਕਮ ਵਾਲੇਕਮ ਸਲਾਮ ਚਾਚਾ ਜੀ ਦੱਸਿਆ ਜੀ ਅਖਰਾਂ ਦੇ ਬਾਰੇ ਇਹ ਫਰੰਟ ਬਲੇਡ ਹੈ 4 ਵੀਲ ਟਰੈਕਟਰ ਦਾ ਅੱਛਾ ਜੀ ਹਾਂਜੀ ਦੱਸੋ ਜੀ ਟਰੈਕਟਰ ਅੱਗੇ ਫਰੰਟ ਬਲੇਡ ਵੀ ਲੱਗ ਜਾਂਦਾ ਹੈ ਬਾਕਟ ਵੀ ਲੱਗ ਜਾਂਦੀ ਹੈ ਲੋਡਰ ਵੇਰਾ ਸਾਈਜ਼ ਕੀ ਹੈ ਜੀ ਇਹਦਾ ਇਹਦਾ ਸਾਈਜ਼ 6.5 ਫੁੱਟ 6.5 ਫੁੱਟ 6.5 ਫੁੱਟ ਅੱਛਾ ਜੀ ਤੇ ਇਹਦਾ ਜਿਹੜਾ ਮਟੀਰੀਅਲ ਨਾਲ ਲੱਗਾ ਉਹਦੀ ਕੁਆਲਿਟੀ ਕਿਸ ਤਰ੍ਹਾਂ ਦੀ ਦੱਸੋ ਮਟੀਰੀਅਲ ਦੀ ਕੁਆਲਿਟੀ ਅੱਛੀ ਹੈ ਦੂਜਾ ਸਾਲ ਪੂਰੇ ਦੀ ਗਰੰਟੀ ਹੈ ਸਾਡੀ ਜੈਕੋ ਬਲੈਤੀ ਨੇ ਬਲੈਤੀ ਪੈਪ ਨੇ ਆਰਚੀ ਦੀ ਕੁਆਲਿਟੀ ਗਰੰਟੀ ਅੱਛਾ ਜੀ ਸਫਿਆਨ ਮਲਕ ਬ੍ਰਦਰ ਵਾਲਿਆਂ ਨੇ ਠੀਕ ਹੈ ਜੀ ਇਹਦੇ ਨਾਲ ਹੋਰ ਕਿਹੜੀ ਕਿਹੜੀ ਚੀਜ਼ ਤੁਸੀਂ ਅਟੈਚ ਕਰ ਸਕਦੇ ਹੋ ਐਗਰੀ ਲੋਡਰ ਲਾ ਸਕਦੇ ਹੋ ਕਮਰਸ਼ੀਅਲ ਲਾ ਸਕਦੇ ਹੋ ਇੰਡਸਟਰੀਅਲ ਲਾ ਸਕਦੇ ਹੋ ਜਿਹੜੀ ਡਿਮਾਂਡ ਹੋਵੇ ਉਸ ਡਿਮਾਂਡ ਦੇ ਮੁਤਾਬਕ ਉਹ ਕੰਮ ਟਰੈਕਟਰ ਕੰਮ ਕਈ ਦੋਸਤ ਪੁੱਛਦੇ ਨੇ ਆਪਣਾ ਕਮਾਦ ਵਾਸਤੇ ਲਿਫਟਰ ਚਾਹੀਦਾ ਲਿਫਟਰ ਉਹ ਲੱਗ ਜਾਂਦਾ ਕਮਾਦ ਚੁੱਕਣ ਵਾਸਤੇ ਅੱਗੇ ਲਿਫਟਰ ਵੀ ਫਿੱਟ ਹੋ ਜਾਂਦਾ ਉਹ ਕਿਸ ਤਰ੍ਹਾਂ ਲੱਗਦਾ ਬੰਨਣ ਵਾਸਤੇ ਵੀ ਸੂਆ ਵੀ ਲੱਗ ਜਾਂਦਾ ਹਰ ਚੀਜ਼ ਲੱਗੇ ਜੀ ਅੱਛਾ ਉਹ ਕਿਵੇਂ ਲੱਗਦਾ ਦੱਸੋ ਸਾਨੂੰ ਉਹ ਕਿਵੇਂ ਲੱਗਦਾ ਜਿਸ ਟਾਈਮ ਲੋਡਰ ਲੱਗੇ ਤਾਂ ਲੋਡਰ ਲੱਗੇ ਜਿੱਥੇ ਉਹ ਬਾਕਟ ਦੇ ਅੱਗੇ ਲੱਗਦੀ ਆ ਉਹ ਬਾਕਟ ਦੀ ਜਗ੍ਹਾ ਤੇ ਉਹਨਾਂ ਦੀ ਪਿੰਨਾ ਪੈਣ ਨਹੀਂ ਲਿਫਟਰ ਪਿੰਨਾ ਪੈਣ ਗਿਆ ਉਹ ਅਗਰ ਕਿਸੇ ਨੇ ਲਿਫਟਰ ਲੈਣਾ ਤਾਂ ਕੀ ਖਰਚਾ ਤਕਰੀਬਨ ਉਹਦਾ ਖਰਚਾ ਜਿਹੜਾ ਉਹ ਮੈਕਸਿਮਮ 2.5 ਲੱਖ ਦਾ ਐਗਰੀ ਲੋਡਰ ਹੈ ਹਾਂਜੀ ਤੇ ਉਹਦੇ ਉੱਤੇ ਰੁਪਈਆ ਲੱਖ ਹੋਰ ਲਾ ਲਓ ਸਹੀ ਲੱਖ ਰੁਪਈਆ ਐਕਸਟਰਾ ਲੱਗ ਜਾਂਦਾ ਸਹੀ ਤੇ ਇਹਦੇ ਨਾਲ ਹੋਰ ਕਿਹੜੀ ਕਿਹੜੀ ਚੀਜ਼ ਤੁਸੀਂ ਦੱਸਿਆ ਵੀ ਗੱਠਾਂ ਚੁੱਕਣ ਵਾਸਤੇ ਚੁੱਕਣ ਵਾਸਤੇ ਵੀ ਲੱਗ ਸਕਦਾ ਸਿਸਟਮ ਅੱਛਾ ਜੀ ਤੇ ਆ ਮਗਰ ਤੁਸੀਂ ਆ ਟੈਂਕੀ ਮੇਰਾ ਟੈਂਕੀ ਤੁਸੀਂ ਇਹ ਕਦ ਵਾਸਤੇ ਟੋਨ ਵਗੈਰਾ ਲੋਕ ਜਿਹੜੇ ਬਣਾਉਂਦੇ ਨੇ ਜਾਂ ਰੋਡ ਵਗੈਰਾ ਬਣਾਉਂਦੇ ਨੇ ਉਹਨਾਂ ਵਾਸਤੇ ਟੈਂਕੀ ਜਿਹੜੀ ਹੈ 10000 ਲੀਟਰ ਕਰ 10000 ਲੀਟਰ ਕਪੈਸਿਟੀ ਹੈ ਜੀ ਹਾਂ ਕਪੈਸਿਟੀ ਇਹਦੀ ਕੀਮਤ ਜਿਹੜੀ ਹੈ 6 ਲੱਖ ਰੁਪਏ 6 ਲੱਖ ਰੁਪਏ ਵੈਸੇ ਟਰਾਲੀ ਵਗੈਰਾ ਬਣਾਉਂਦੇ ਨੇ ਟਰਾਲੀ ਵਗੈਰਾ ਵੀ ਮਿਲ ਜਾਂਦੀ 12 ਫੁੱਟ ਦੀ ਮਿਲ ਜਾਂਦੀ 14 ਫੁੱਟ ਦੀ ਜੋ ਡਿਮਾਂਡ ਹੋਵੇ ਕਸਟਮਰ ਦੀ ਉਸ ਡਿਮਾਂਡ ਦੇ ਮੁਤਾਬਕ ਬਣਨੀ ਸਹੀ 5000 ਗੈਲਨ ਦੀ ਵੀ ਟੈਂਕੀ ਬਣ ਜਾਂਦੀ ਜਿੰਨੇ ਡਿਮਾਂਡ ਹੋਵੇ ਉਸ ਹਿਸਾਬ ਨਾਲ ਬਣਨੀ ਜਿਹੜਾ ਲਿਫਟਰ ਆ ਉਹ ਟਰੈਕਟਰ ਨੂੰ ਲਾਉਣਾ ਵਿੱਚ ਉਹਦਾ ਵੀ ਆਪਣਾ ਬਾਕਟ ਨਾਲ ਹੀ ਲੱਗੇਗਾ ਬਾਕਟ ਦੇ ਅੱਗੇ ਫਿੱਟ ਹੋਵੇ ਠੀਕ ਆ ਜੀ ਚੁੱਕੇ ਦਾ ਆ ਜੀ 385 4x4 ਨਵਾਂ ਟਰੈਕਟਰ ਇਹਦੇ ਨਾਲ ਇਹਨਾਂ ਨੇ ਬਲੇਡ ਫਿੱਟ ਕੀਤਾ ਜੀ ਇਹਨਾਂ ਸਾਈਜ਼ ਦੱਸਿਆ ਚਾਦਰ ਮਹਿੰਗੀ ਹੋ ਗਈ ਰੇਟ ਵਧਾਏ ਨੇ ਭਾਈ ਸਾਹਿਬ ਜ਼ਿੰਮੀਦਾਰੋ ਇਹ ਸੁਣ ਲਿਆ ਜੀ ਚਾਦਰ ਵਧੀਏ ਤਾਂ ਰੇਟ ਵਧਾਏ ਨੇ ਲੋਹਾ ਮਹਿੰਗਾ ਹੋ ਗਿਆ ਲੋਹਾ ਮਹਿੰਗਾ ਹੋ ਗਿਆ ਇਸ ਵਾਸਤੇ ਮਜਬੂਰੀ ਹੈ ਸਾਡੀ ਵਰਨਾ ਸਾਨੂੰ ਸ਼ੌਕ ਨਹੀਂ ਹੈ ਤੁਹਾਨੂੰ ਜ਼ਿਆਦਾ ਮਹਿੰਗੀ ਚੀਜ਼ ਦਈਏ ਅਗਰ ਲੋਹਾ ਸਸਤਾ ਹੋਵੇ ਫਿਰ ਲੋਹਾ ਸਸਤਾ ਹੋਵੇ ਤਾਂ ਰੇਟ ਡਾਊਨ ਕਰਾਂਗੇ ਟਰੈਕਟਰ ਨੂੰ ਤੁਸੀਂ ਕਿਹੜੀ ਕਿਹੜੀ ਸ਼ਾਇਦ ਨਾਲ ਲਾਈ ਹੈ ਜੀ ਨਵੀਂ ਆਪਣਾ ਨਵੀਂ ਚੀਜ਼ ਇਹ ਲਾਈ ਹੈ ਬੈਕ ਸਾਈਡ ਤੇ ਇਹਨੂੰ ਸਿਲੈਕਟਰ ਵਾਲ ਜਿਹੜਾ ਡਬਲ ਤੁਸੀਂ ਕਰਾਲੀ ਪਹਿਲਾਂ ਛੱਤ ਤੁਸੀਂ ਆਪ ਅਟੈਚ ਕੀਤੀ ਹੈ ਜੀ ਕਨੋਪੀ ਵਗੈਰਾ ਅਸੀਂ ਲਾਈ ਹੈ ਸਫਿਆਨ ਮਲਕ ਬ੍ਰਦਰ ਵਾਲਿਆਂ ਦੀ ਮਿਲਕ ਸਪੈਸ਼ਲ ਸਹੀ ਪਿਛਲੀ ਸਾਈਡ ਤੇ ਅਸਾਂ ਸਪੈਸ਼ਲ ਟਰਾਲੀ ਵਾਸਤੇ ਪੈਪ ਲਾਏ ਨੇ ਪੈਪ ਤੁਸੀਂ ਜੈਕ ਵਾਲੀ ਟਰਾਲੀ ਚਲਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਟੋ ਤੁਸੀਂ ਅਸੈਂਬਲੀ ਇਸੇ ਅਸੈਂਬਲੀ ਦੇ ਨਾਲ ਤੁਸੀਂ ਬਲੇਡ ਵੀ ਚਲਾ ਸਕਦੇ ਹੋ ਇਹਦੇ ਨਾਲ ਹੀ ਤੁਸੀਂ ਆਪਣਾ ਟਰਾਲੀ ਵੀ ਚਲਾ ਸਕਦੇ ਹੋ ਜੈਕ ਵਾਲੀ ਤੇ ਹੁੱਕ ਕੰਪਨੀ ਦੇ ਰਹੀ ਕਿ ਤੁਸੀਂ ਲਾਈ ਕੰਪਨੀ ਨਹੀਂ ਸਫਿਆਨ ਮਲਕ ਬ੍ਰਦਰ ਵਾਲਾ ਲਾਈ ਤੇ ਤੁਸੀਂ ਤੁਹਾਡੀ ਕੰਪਨੀ ਦੇ ਰਹੀ ਹੈ ਹਾਂ ਸਫਿਆਨ ਮਲਕ ਬ੍ਰਦਰ ਵਾਲਾ ਠੀਕ ਹੈ ਠੀਕ ਹੈ ਜੀ ਹਰ ਚੀਜ਼ ਦੀ ਕੁਆਲਿਟੀ ਹਰ ਚੀਜ਼ ਦੀ ਗਰੰਟੀ ਸਾਲ ਪੂਰੇ ਦੀ ਹੋਵੇਗੀ ਸਾਡੇ ਤੇ ਇਹ ਦੱਸੋ ਕਿ 4x4 ਟਰੈਕਟਰ ਦਾ ਫਾਇਦਾ ਸਾਨੂੰ ਕੋਈ ਦੱਸੋ ਇਹਦਾ 4x4 ਦਾ ਫਾਇਦਾ ਇਹ ਹੈ ਕਿ ਕਿਸੇ ਜਗ੍ਹਾ ਤੇ ਵੀ ਇਹ ਦਲਦਲ ਵਿੱਚ ਫਸ ਜਾਂਦਾ ਅੱਗੇ ਪਿੱਛੇ ਦਾ 4x4 ਗੇਅਰ ਲਾਓ ਤੇ ਇਹ ਫਸੇਦਾ ਨਹੀਂ ਹਰ ਕੁਆਲਿਟੀ ਜ਼ੋਰ ਯਾਨੀ ਕਿ ਦੋ ਟਰੈਕਟਰ ਜਿਵੇਂ ਇਕੱਲਾ ਕੰਮ ਕਰਦੇ ਜ਼ੋਰ ਲਾਉਂਦੇ ਇਹਦੀ ਬੀਡੀ ਸ਼ਾਫਟ ਜਿਹੜੀ ਹੈ ਥੱਲੇ ਨਾਲ ਐਕਸਟਰਾ ਗੋਏ ਉਹ ਤਾਂ ਦਿਖਾਓ ਸਾਨੂੰ ਸ਼ਾਫਟ ਇਹਦੀ ਇਹਦੀ ਸ਼ਾਫਟ ਆ ਹੁੰਦੀ 4x4 ਜਿਸ ਟਾਈਮ ਗੇਅਰ ਚੱਲਦਾ ਸ਼ਾਫਟ ਚੱਲਦੀ ਹੈ ਇਹਦੇ ਫਿਰ ਚਾਰੇ ਵੀਲ ਜਿਹੜਾ ਜ਼ੋਰ ਲਾਉਂਦਾ ਠੀਕ ਹੋ ਗਿਆ ਜੀ ਗੇਅਰ ਦਾ ਕਿਹੜਾ ਜੀ ਇਹਦਾ ਗੇਅਰ ਨਾਲ ਲੱਗਾ ਜੀ ਸਾਈਡ ਤੇ ਤਾਂ ਲੀਵਰ ਹਾਂ ਇਹਦੇ ਗੇਅਰ ਤੇ 4x4 4x4 ਕਰਨਾ ਖਿੱਚ ਦੇਣਾ ਤਾਂ ਖਿੱਚ ਕੇ 4x4 ਦਬਾ ਦੇਣਾ ਤੇ 2x4 ਹੋ ਜਾਣਾ ਠੀਕ ਹੈ ਚਾਚਾ ਜੀ ਤਾਂ ਮਿਹਰਬਾਨੀ ਸ਼ੁਕਰੀਆ ਜੀ ਸਫਿਆਨ ਮਲਕ ਬ੍ਰਦਰ ਵਾਲਿਆਂ ਦਾ ਮਲਕ ਬ੍ਰਦਰ ਵਾਲਿਆਂ ਕੋਲ ਤਸਵੀਰ ਲਿਆਓ ਜ਼ਿੰਮੇਦਾਰ ਭਰਾਵੋ ਅੱਜ ਕੱਲ੍ਹ ਜਿਹੜਾ ਮੰਨੀਆਂ ਦੁਨੀਆਂ ਨੇ ਸਾਰੇ ਤਸਵੀਰ ਲਿਆਓ ਸਹੀ ਕੁਆਲਿਟੀ ਗਰੰਟੀ ਹਰ ਚੀਜ਼ ਦਾ ਮਿਆਰ ਸਟੈਂਡਰਡ ਮਿਲੇਗਾ ਠੀਕ ਹੈ ਤੇ ਆਪਣਾ ਨੰਬਰ ਵੀ ਦੇ ਦਿਓ ਸਫਿਆਨ ਮਲਕ ਬ੍ਰਦਰ 0331 45 71 302 ਕੰਪੈਸਟੀ ਨਹੀਂ ਰੂਲੇ ਵੱਡੇ ਦੀ ਰੱਖ ਸਕਦੇ ਇਹ ਜਿਹੜੀ ਇਹ ਛੋਟਾ ਰੂਲਾ ਹੈ ਆਮ ਜ਼ਿਮੀਦਾਰ ਜਾਂ ਟਾਊਨ ਵਗੈਰਾ ਜਿਹੜੇ ਸੋਸਾਇਟੀਆਂ ਬਣਾਉਂਦੇ ਨੇ ਉਹ ਵੱਡਾ ਰੂਲਾ ਨਹੀਂ ਲੈ ਸਕਦੇ ਇਹ ਰੂਲਾ ਟਰੈਕਟਰ ਦੇ ਪਿੱਛੇ ਯੂਜ਼ ਕਰ ਸਕਦੇ ਨੇ ਇਹਦੀ 3 ਲੱਖ ਰੁਪਏ 3.5 ਲੱਖ ਰੁਪਇਆ ਕੀਮਤ ਤੇ ਇਹਦਾ ਵਜ਼ਨ ਕਿੰਨਾ ਹੈ ਜੀ ਇਹ ਵਜ਼ਨ ਯਾਰ ਅੰਦਾਜ਼ਾ ਨਹੀਂ ਮੈਨੂੰ ਇਹ ਯਾਨੀ ਕਿ ਠੇਕੇਦਾਰਾਂ ਜਿਹੜੇ ਸੜਕਾਂ ਬਣਾਉਂਦੇ ਹਨ ਉਹਨਾਂ ਵਾਸਤੇ ਟੋਨ ਵਗੈਰਾ ਬਣਾਉਂਦੇ ਨੇ ਪਿਚ ਵਗੈਰਾ ਬਣਾਉਂਦੇ ਨੇ ਸਹੀ ਹੈਲੀਪੈਡ ਵਗੈਰਾ ਬਣਾਉਂਦੇ ਨੇ ਉਹਦੇ ਵਾਸਤੇ ਜਾਂ ਕਿਸੇ ਨੇ ਫਰਸ਼ ਵਗੈਰਾ ਦਬਾਉਣਾ ਹੋਵੇ ਫਰਸ਼ ਵਗੈਰਾ ਦਬਾਉਣਾ ਹੋਵੇ ਪ੍ਰੈਸ ਵਗੈਰਾ ਪ੍ਰੈਸ ਕਰਨਾ ਹੋਵੇ ਗਰਾਊਂਡ ਵਗੈਰਾ ਪ੍ਰੈਸ ਕਰਨਾ ਹੋਵੇ ਤੇ ਕੰਮ ਦਿੰਦਾ ਹੈ